ਡੇਰਾਬਸੀ ਦੇ ਪਿੰਡ ਫਤਿਹਪੁਰ ਜਾਟਾਂ ਵਿੱਚ ਇੱਕ ਐਂਡੈਵਰ ਕਾਰ ਉੱਤੇ ਆਏ 5 ਲੁਟੇਰੇ ਗੋਲੀ ਚਲਾ ਕੇ ਸਵਿਫਟ ਕਾਰ ਖੋਹ ਕੇ ਫਰਾਰ ਹੋ ਜਾਣ ਵਿੱਚ ਸਫਲ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਿਤ ਕੁਲਵੰਤ ਸਿੰਘ ਨਿਵਾਸੀ ਪਿੰਡ ਚੰਡਿਆਲਾ ਨੇ ਦੱਸਿਆ ਕਿ ਉਹ ਮੇਜਰ ਸਿੰਘ ਦੇ ਨਾਲ ਆਪਣੀ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਡੇਰਾਬਸੀ ਦੇ ਵੱਲ ਜਾ ਰਿਹਾ ਸੀ। ਜਦੋਂ ਉਹ ਪਿੰਡ ਫਤਿਹਪੁਰ ਜਾਟਾਂ ਨਜ਼ਦੀਕ ਪਹੁੰਚਿਆ ਤਾਂ ਇੱਕ ਐਂਡੈਵਰ ਕਾਰ ਉਸਦੀ ਕਾਰ ਦੇ ਅੱਗੇ ਆ ਕੇ ਰੁਕੀ। ਐਂਡੈਵਰ ਕਾਰ ਵਿੱਚੋਂ ਨਿਕਲੇ ਆਦਮੀਆਂ ਨੇ ਉਸਦੀ ਕਾਰ ਉੱਤੇ ਫਾਇਰ ਕਰ ਉਹਨਾਂ ਨੂੰ ਕਾਰ ਵਿੱਚੋਂ ਬਾਹਰ ਨਿਕਲਣ ਲਈ ਕਿਹਾ। ਲੁਟੇਰੇ ਜ਼ਖਮੀ ਹਾਲਤ ਵਿੱਚ ਉਹਨਾਂ ਨੂੰ ਮੌਕੇ ਉੱਤੇ ਸੁੱਟ ਕੇ ਕਾਰ ਖੋਹ ਕੇ ਫਰਾਰ ਹੋ ਗਏ। ਉਧਰ ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਪ੍ਰਮੁੱਖ ਗੁਰਪ੍ਰੀਤ ਸਿੰਘ ਭਾਰੀ ਪੁਲਿਸ ਫੋਰਸ ਦੇ ਨਾਲ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਕੱਲ੍ਹ 6 ਤਰੀਕ ਨੂੰ ਸ਼ਾਮ ਦੇ 9:40 ਦੇ ਕਰੀਬ ਪਿੰਡ ਸ਼ੇਖਵਾਲ ਦੇ ਨੇੜੇ ਇੱਕ ਵਾਰਦਾਤ ਹੋਈ ਜਿੱਥੇ ਇਹ ਲੁਟੇਰਿਆਂ ਦੇ ਦੋ ਸੀਗੇ, ਇੱਕ ਮੋਟੇ ਡਿਲੀਵਰ ਗੱਡੀ ਵੀ ਸੀਗੇ ਅਤੇ ਦੂਜੇ ਫੀਕੋ 'ਚ। ਇਹਨਾਂ ਨੇ ਦੋ ਵੱਖ ਵੱਖ ਗੱਡੀਆਂ 100 ਮੀਟਰ ਦੀ ਦੂਰੀ 'ਤੇ ਖੋਹਣ ਦੀ ਕੋਸ਼ਿਸ਼ ਕੀਤੀ। ਫੀਕੋ ਗੱਡੀ 'ਚ ਬੈਠੇ ਮੁੰਡਿਆਂ ਨੇ ਆਈਕਨ ਗੱਡੀ ਨੂੰ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਨੂੰ ਧਰਮਿੰਦਰ ਸਿੰਘ ਨਾਮ ਦਾ ਵਿਅਕਤੀ ਜਿਹੜਾ ਪਿੰਡ ਕਾਰਪੋਰਟਰ ਨੇ ਚਲਾ ਰਿਹਾ ਸੀਗਾ, ਲੇਕਿਨ ਧਰਮਿੰਦਰ ਸਿੰਘ ਨੇ ਗੱਡੀ ਮੌਕੇ ਤੋਂ ਭਜਾ ਲਈ। ਇਹਨਾਂ ਤੋਂ ਫਾਇਰਿੰਗ ਕੀਤੀ, ਉਹਦੇ ਇੱਕ ਫਾਇਰ ਲੱਗਿਆ ਹੈਗਾ, ਜੇਰੇ ਇਲਾਜ ਹੈ, ਲੇਕਿਨ ਬਾਹਰ ਗੱਡੀ ਪਹੁੰਚ ਸਫਲ ਨਹੀਂ ਹੋ ਸਕੇ। ਲੇਕਿਨ ਦੂਸਰੇ ਪਾਸੇ ਉੱਥੋਂ 100 ਮੀਟਰ ਅੱਗੇ ਨੇ ਹੋਰ ਗੱਡੀ ਖੋਹਣ ਦੀ ਕੋਸ਼ਿਸ਼ ਕੀਤੀ, ਜਿਹੜੀ ਉਹ ਲੜਕੇ ਦੋਣੇ ਸੀਗੇ, ਉਹ ਫੋਰਡ ਐਂਡੇਵਰ ਗੱਡੀ ਸੀਗੇ ਅਤੇ ਇਹਨਾਂ ਨੇ ਫੋਰਡ ਐਂਡੇਵਰ ਗੱਡੀ ਮੌਕੇ 'ਤੇ ਛੱਡੀ। ਅਤੇ ਟੋਟਲ 5 ਬੰਦੇ ਸੀਗੇ, ਵੈਸੇ ਜਿਹਨਾਂ ਕੋਲ ਪਿਸਟਲਾਂ ਸੀਗੇ ਉਹ 3 ਸੀਗੇ। ਪਤਾ ਇਹ ਲੱਗਿਆ ਉਹ ਜਾਂਦੇ ਜਾਂਦੇ ਤੁਹਾਨੂੰ ਕਹਿ ਕੇ ਵੀ ਗਏ ਆ ਵੀ ਆਪਣੀ ਗੱਡੀ ਕਿੱਥੋਂ ਲੈ? ਹਾਂਜੀ ਹਾਂਜੀ, ਇਹ ਵੀ ਕਹਿ ਕੇ ਗਏ ਆ ਮੈਨੂੰ ਵੀ ਅਸੀਂ ਤੇਰੇ ਕੋਲ ਗੱਡੀ ਲੁੱਟ ਲਏ, ਵੀ ਸਾਡੀ ਮਜਬੂਰੀ ਹੈ, ਇਸ ਕਰਕੇ ਮੈਨੂੰ ਅੰਬਾਲੇ ਦੇ ਲਾਗੇ ਸਾਡੀ ਗੱਡੀ ਕੱਲ੍ਹ ਨੂੰ ਮਿਲ ਜਾਏਗੀ ਦੁਹਰਾਉਣ ਦੀ। ਚੰਡੀਗੜ੍ਹ ਤੋਂ ਪੂਜਾ ਵਰਮਾ ਦੇ ਨਾਲ ਬਿਊਰੋ ਰਿਪੋਰਟ, KTV।